जगदीश कौर मान दी कहानी है सोच अपो अपनी विवाह मुकलावे तो बाद पेके कर फेरा पौणाई सा मुड़दे वक्त पतिदेव ने किया अपा नारकली बाजार हो के चलना है उथे एक टेलर ਕੋਲ ਮੈਂ ਗਰਮ ਸੂਟ ਸਿਲਵਾਉਣਾ ਦਿੱਤਾ ਹੋਇਆ ਕਈ ਗੇੜੇ ਮਾਰ ਚੁੱਕਿਆ ਸਾਲੇ ਪੂਛ ਹੀ ਨਹੀਂ ਫੜਾਉਂਦੇ ਰੋਜ਼ ਹੀ ਕੱਲ ਦਾ ਲਾਰਾ ਲਾ ਕੇ ਮੋੜ ਦਿੰਦੇ ਨੇ ਇਹਨਾਂ ਦਾ ਕੱਲ ਪਤਾ ਨਹੀਂ ਕਿਦਣ ਆਉਣਾ ਓਖੇ ਜੇ ਪੈਸ ਸਨ ਇਕਰਾਰ ਕਿੰਨੇ ਦਿਨ ਦਾ ਕੀਤਾ ਸੀ ਮੈਂ ਪੁੱਛਿਆ ਇਕਰਾਰ ਤਾਂ ਉਹਨਾਂ ਨੇ 8 ਦਿਨਾਂ ਦਾ ਕੀਤਾ ਸੀ ਅੱਜ ਪੂਰੇ 15 ਦਿਨ ਹੋ ਗਏ ਨੇ ਲਾਰੇ ਲਾਉਂਦਿਆਂ ਨੂੰ ਉਹਨਾਂ ਦੇ ਸਬਰ ਦਾ ਪਿਆਲਾ ਭਰ ਕੇ ਉੱਛਲਣ ਵਾਲਾ ਹੋਇਆ ਪਿਆ ਸੀ ਵਿਆਹ ਸ਼ਾਦੀਆਂ ਦੇ ਸੀਜ਼ਨ 'ਚ ਟੇਲਰਾਂ ਕੋਲ ਕੰਮ ਦਾ ਜ਼ੋਰ ਹੁੰਦਾ ਹੈ ਤੁਹਾਡੇ ਕੋਲ ਕਿਹੜਾ ਸੂਟਾਂ ਦੀ ਕਮੀ ਸੀ ਐਡੀ ਵੀ ਕੀ ਕਾਲੀ ਸੀ ਤੁਸੀਂ ਸੂਟ ਥੋੜਾ ਹੋਰ ਰੁੱਕ ਕੇ ਸਿਲਵਾ ਲੈਣਾ ਸੀ ਮੈਂ ਦਲੀਲ ਦਿੱਤੀ ਬਈ ਸੂਟ ਦਾਸ 'ਚ ਮਿਲਿਆ ਹੋਇਆ ਹੈ ਛੇਤੀ ਕਿਵੇਂ ਨਾ ਸਿਲਵਾਉਂਦਾ ਨਾਲੇ ਦਾਸ ਚ ਮਿਲੀ ਤਾਂ ਹਰੇਕ ਚੀਜ਼ ਜਾਣ ਤੋਂ ਵੀ ਵੱਧ ਪਿਆਰੀ ਹੁੰਦੀ ਹੈ ਉਹ ਮੇਰੇ ਵਿੱਚ ਦੀ ਸੂਟ ਦੀ ਗੱਲ ਕਰਦੇ ਕਰਦੇ ਅੱਖ ਮੀਟ ਕੇ ਸ਼ਰਾਰਤ ਕਰ ਗਏ ਸਨ ਕਈ ਢੀੜੀਆਂ ਜੀਆਂ ਗਲੀਆਂ ਲੰਘ ਕੇ ਅਸੀਂ ਦੁਕਾਨ ਤੇ ਪਹੁੰਚ ਗਏ ਸੀ ਮੈਂ ਉੱਥਾਂ ਵੇਖਿਆ ਪ੍ਰੋਪਰਾਈਟਰ ਬਿਸ਼ਨ ਸਿੰਘ ਜਸਲ ਐਂਡ ਸੰਸਾ ਵੱਡਾ ਸਾਰਾ ਬੋਰਡ ਲੱਗਾ ਹੋਇਆ ਸੀ ਨਿੱਕੀ ਜਿਹੀ ਦੁਕਾਨ ਦੇ ਅੰਦਰ ਸੀਣ ਵਾਲੇ ਕੱਪੜਿਆਂ ਦਾ ਵੱਡਾ ਢੇਰ ਲੱਗਾ ਹੋਇਆ ਸੀ ਸਿਲਾਈ ਮਸ਼ੀਨਾਂ ਤਾਂ ਉੱਥੇ ਕਈ ਪਈਆਂ ਸਨ ਪਰ ਉਸ ਸਮੇਂ ਦੁਕਾਨ ਤੇ ਸਿਰਫ ਇੱਕ ਸਿਆਣੀ ਜੀ ਉਮਰ ਦਾ ਬਜ਼ੁਰਗ ਹੀ ਬੈਠਾ ਸੀ ਇਹੀ ਸਰਦਾਰ ਬਿਸ਼ਨ ਸਿੰਘ ਹੋਣਗੇ ਮੈਂ ਆਪਣੇ ਮਨਚੀ ਅੰਦਾਜ਼ਾ ਲਗਾਇਆ ਤਾਜ਼ੀ ਸੀਤੇ ਹੋਏ ਕੱਪੜਿਆਂ ਨੂੰ ਪ੍ਰੈਸ ਕਰ ਰਹੇ ਸਨ ਅਸੀਂ ਦੋਵੇਂ ਉਹਨਾਂ ਨੂੰ ਵੇਖ ਕਰਕੇ ਗਾਕਾਂ ਦੇ ਬੈਠਣ ਲਈ ਰੱਖੇ ਗਏ ਬੈਂਚ ਤੇ ਬੈਠ ਗਏ ਸਾਂ ਇਹ ਕੁੜੀ ਐਨ ਕੁੱਤੋਂ ਦੀ ਝਾਕਦਿਆਂ ਉਹਨਾਂ ਨੇ ਮੇਰੇ ਵੱਲ ਇਸ਼ਾਰਾ ਕੀਤਾ ਜੀ ਇਹਨਾਂ ਨੇ ਹੱਸ ਕੇ ਨੀਵੀਂ ਪਾ ਲਈ ਸੀ ਅੱਛਾ ਅੱਛਾ ਬਉਰਾਣੀ ਐ ਓਏ ਇਹਦੇ ਸੰਗਣ ਵਾਲੀ ਕਿਹੜੀ ਗੱਲ ਹੈ ਤੂੰ ਖੁੱਲ ਕੇ ਦੱਸ ਖਾਂ ਉਹਦੀ ਖੁੱਲੀ ਖੁਲਾਸ ਗੱਲ ਨੇ ਮੇਰੀ ਵੀ ਨੀਵੀਂ ਪੁਆਤੀ ਸੀ ਹਲੇ ਮਹੀਨਾ ਡੇਢ ਮਹੀਨਾ ਹੀ ਹੋਇਆ ਲੱਗਦਾ ਵਿਆਹ ਹੋਏ ਨੂੰ ਮੇਰੇ ਬਾਹੀ ਪਏ ਨਵੇਂ ਨਕੂਰ ਚੂੜੇ ਨੂੰ ਵੇਖ ਕੇ ਉਹਨਾਂ ਅੰਦਾਜ਼ਾ ਲਗਾਇਆ ਜੀ ਇਹ ਫਿਰ ਨਿਮਾ ਜਿਹਾ ਮੁਸਕਰਾਏ ਵੇਖ ਲੈ ਜਵਾਨਾ ਤੂੰ ਚੋਰੀ ਚੋਰੀ ਵਿਆਹ ਕਰਵਾ ਲਿਆ ਨਾ ਕੀ ਗੱਲ ਮੈਨੂੰ ਨਹੀਂ ਸੀ ਸੱਦਣਾ ਵਿਆਹ ਤੇ ਨਾਲੇ ਲੀੜੇ ਕੱਪੜੇ ਇੱਥੋਂ ਸਵਾਉਂਦੇ ਤੇਰੇ ਦੋਹਾਂ ਵੱਡੇ ਭਰਾਵਾਂ ਦੇ ਵਿਆਹਾਂ ਨੂੰ ਮੈਂ ਤੁਹਾਡੇ ਘਰੇ ਜਾ ਕੇ ਵੇੜੇ 'ਚ ਮਸ਼ੀਨ ਢਾਕੇ ਵਰੀ ਦੇ ਸੂਟ ਸਿਉਂਤੇ ਸੀ ਯਾਦ ਹਨ ਬਜ਼ੁਰਗ ਨੇ ਪੁਰਾਣੀ ਗੱਲ ਯਾਦ ਕਰਵਾ ਕੇ ਨਹੋਰਾ ਸੁਟਿਆ ਜੀ ਕੱਪੜਿਆਂ ਦੀ ਸਾਰੀ ਖਰੀਦਦਾਰੀ ਅਸੀਂ ਲੁਧਿਆਣੇ ਤੋਂ ਹੀ ਕੀਤੀ ਐ ਤੇ ਉੱਥੇ ਹੀ ਦੁਕਾਨਦਾਰਾਂ ਨੇ ਟੇਲਰ ਮੰਗਵਾ ਕੇ ਸੂਟ ਸਿਉਣੇ ਦੇ ਦਿੱਤੇ ਵਿਆਜ ਤੁਹਾਨੂੰ ਨਾ ਸੱਦ ਸਕਣ ਦੀ ਮੈਂ ਮਾਫੀ ਮੰਗਦਾ ਆਹੋ ਭਾਈ ਬੋਟੀ ਸ਼ਹਿਰਨ ਲੱਗਦੀ ਐ ਸਾਡੇ ਵਰਗਿਆਂ ਦੇ ਸਿਉਂਤੇ ਕੱਪੜੇ ਇਹਦੇ ਕਿੱਥੋਂ ਪਸੰਦ ਆਉਣੇ ਸੀ ਉਹਨਾਂ ਮੇਰੇ ਪਹਿਨੇ ਹੋਏ ਪੂਰੇ ਫੈਸ਼ਨੇਬਲ ਸੂਟ ਵੱਲ ਗੌਰ ਨਾਲ ਤੱਕਦਿਆਂ ਗਿਆ ਨਹੀਂ ਬਾਈ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਨਾਲੇ ਮੈਂ ਕਿਹੜਾ ਕਿਸੇ ਬਹੁਤੇ ਵੱਡੇ ਸ਼ਹਿਰ ਦੀ ਹਾਂ ਮੇਰੇ ਪੇਕੇ ਇਸੇ ਸ਼ਹਿਰ ਵਿੱਚ ਨੇ ਮੈਨੂੰ ਡਰ ਪੈ ਗਿਆ ਸੀ ਕਿ ਗੱਲਾਂ ਕਰਦਾ ਕਰਦਾ ਬਜ਼ੁਰਗ ਕਿਤੇ ਫੇਰ ਨਾ ਮੇਰੇ ਵਾਸਤੇ ਵੱਟੀ ਸ਼ਬਦ ਦੀ ਵਰਤੋਂ ਕਰ ਦੇਵੇ। ਅੱਛਾ ਅੱਛਾ ਕਿਹਦੀ ਬੇਟੀ ਐ ਬੀਬਾ? ਮੇਰੇ ਵਾਕਫੀਅਤ ਦੇਣ ਦੇ ਲਹਿਜੇ ਨੇ ਆਪਣਾ ਚਮਤਕਾਰ ਵਿਖਾ ਦਿੱਤਾ ਸੀ। ਜੀ ਮੇਰੇ ਪਿਤਾ ਜੀ ਇੱਥੇ ਆਪਣੇ ਹੀ ਸ਼ਹਿਰ 'ਚ ਤਹਿਸੀਲਦਾਰ ਸਾਹਿਬ ਦੇ ਰੀਡਰ ਹਨ। ਮੈਂ ਹੁਬ ਕੇ ਦੱਸਿਆ। ਉਹ ਬੋਲੇ ਸਰਦਾਰ ਨਰਿੰਦਰ ਸਿੰਘ ਦੀ ਬੇਟੀ ਐ। ਉਹ ਇੱਕਦਮ ਚੌਂਕ ਕੇ ਬੋਲੇ। ਬਈ ਵਾਹ ਜਵਾਨਾ। ਭਾਗ ਖੁੱਲ ਗਏ ਤੇਰੇ ਤਾਂ। ਖਾਨਦਾਨੀ ਕੁੜੀ ਮਿਲੀ ਏ ਤੈਨੂੰ ਕਿਸਮਤਾ ਨਾਲ ਹੀ ਮਿਲਦੇ ਨੇ ਇਹੋ ਜਿਹੇ ਰਿਸ਼ਤੇ ਜੀ ਬਸ ਕਿਰਪਾ ਹੈ ਤੁਹਾਡੀ ਇਹਨਾਂ ਕਹਿ ਕੇ ਮੇਰੇ ਵੱਲ ਵੇਖ ਕੇ ਮੁਸਕਰਾਏ ਐਨੇ ਨੂੰ ਚਾਹ ਆ ਗਈ ਸੀ ਅਸੀਂ ਗਰਮ ਗਰਮ ਚਾਹ ਪਕੌੜੇ ਤੇ ਬਜ਼ੁਰਗ ਦੀਆਂ ਗੱਲਾਂ ਦਾ ਡਬਲ ਆਨੰਦ ਮਾਣ ਰਹੇ ਸਾਂ ਇਹਨਾਂ ਦਾ ਸੂਟ ਪੈਕ ਕਰਕੇ ਰੱਖਿਆ ਪਿਆ ਸੀ ਸੂਟ ਫੜ ਕੇ ਅਸੀਂ ਸਿਲਾਈ ਦੇ ਪੈਸੇ ਦਿੱਤੇ ਤੇ ਜਾਣ ਦੀ ਇਜਾਜ਼ਤ ਮੰਗੀ ਲੈ ਹੁਣ ਗਾਂਹ ਤੋਂ ਕਪੜੇ ਇੱਥੋਂ ਹੀ ਸਿਲਾਇਆ ਕਰਿਓ ਸਾਨੂੰ ਤੁਰਨ ਲੱਗਿਆ ਨੂੰ ਉਹਨਾਂ ਨੇ ਇੱਕ ਵਾਰ ਫੇਰ ਤਾਕੀਦ ਕੀਤੀ ਘਰੇ ਆ ਕੇ ਇਹਨਾਂ ਨੇ ਸੂਟ ਪਹਿਨ ਕੇ ਵੇਖਿਆ ਵਧੀਆ ਸਲਾਈ ਕੀਤੀ ਹੋਈ ਸੀ ਲਾਈਟ ਪੀਚ ਰੰਗ ਦਾ ਸੂਟ ਇਹਨਾਂ ਦੇ ਰੰਗ ਦੇ ਨਾਲ ਹੀ ਮਿਲ ਗਿਆ ਸੀ ਜੀ ਕਰਦਾ ਸੀ ਕਿ ਉੱਠ ਕੇ ਇਹਨਾਂ ਦੇ ਕਾਲਾ ਟਿੱਕਾ ਲਾ ਕੇ ਇਹਨਾਂ ਦੀ ਨਜ਼ਰ ਉਤਾਰ ਦਿਆਂ ਪਰ ਝੱਕ ਗਈ ਸੀ ਕਿ ਕਿਤੇ ਘਰ ਦਾ ਕੋਈ ਜੀ ਨਾ ਦੇਖ ਲਵੇ ਫਿਰ ਵੀ ਮੈਥੋਂ ਰਿਹਾ ਨਾ ਗਿਆ ਤੇ ਆਪ ਮੁਹਾਰੇ ਮੇਰੇ ਮੂੰਹ ਨਿਕਲੇ ਬਈ ਵਾਹ ਪੀਚ ਰੰਗ ਕਿੱਡਾ ਫੱਬਿਆ ਤੁਹਾਡੇ ਤੇ ਇਸੇ ਰੰਗ ਦਾ ਸੂਟ ਪਹਿਨ ਕੇ ਚੜਨਾ ਸੀ ਬਰਾਤੇ ਬੁਰਾਤ ਸੌਰੀ ਦਾ ਕੀ ਹੈ ਲੈ ਆਪਾਂ ਹੁਣ ਚੜ੍ਹ ਜਾਂਦੇ ਆਂ ਬਰਾਤੇ ਮੈਂ ਆਉਣਾ ਬਲਬੁੱਧਾਂ ਵਾਂਗ ਝਾਕੀ ਜਿਵੇਂ ਕਿਸੇ ਹੋਰ ਬਾਸ਼ਾ ਚ ਬੋਲ ਰਹੀ ਹਾਂ ਨਹੀਂ ਸਮਝੀ ਆਪਾਂ ਇੱਥੋਂ ਬਰਾਤ ਚੜਾ ਕੇ ਇੱਕ ਵਾਰੀ ਫੇਰ ਤੇਰੇ ਪੇਕੀ ਚਲੀ ਜਾਂਦੇ ਆਂ ਜਿੱਥੇ ਤੂੰ ਏ ਉੱਥੇ ਇੱਕ ਹੋਰ ਸਹੀ ਲੈ ਵੇ ਜਸਵਿੰਦਰ ਸੌ ਲੱਗੇ ਮੈਨੂੰ ਵੱਡੇ ਮਹਾਰਾਜ ਦੀ ਤੂੰ ਮੈਨੂੰ ਇੰਨੀ ਚੰਗੀ ਲੱਗਦੀ ਏ ਇੰਨੀ ਚੰਗੀ ਲੱਗਦੀ ਏ ਵੀ ਮੈਂ ਚਾਹਣਾ ਕਿ ਐਨ ਤੇਰੇ ਵਰਗੀ ਕੋਹਰ ਲੈ ਆਵਾਂ ਸ਼ਰਾਰਤ ਕਰਨ ਲੱਗਿਆ ਇਹਨਾਂ ਨੇ ਆਪਣੀ ਸੱਜੀ ਅੱਖ ਨੂੰ ਫਿਰ ਖੁਦ ਮੁਖਤਿਆਰੀ ਦੇ ਦਿੱਤੀ ਸੀ ਬੱਲੇ ਕੀ ਅੰਤ ਹੈ ਜਵਾਬ ਮੋੜਨ ਲੱਗਿਆ ਮੈਂ ਵੀ ਖੱਬੇ ਹੱਥ ਦੇ ਅੰਗੂਠੇ ਦੇ ਹੇਠਲੇ ਬੁੱਲ ਨੂੰ ਖੁੱਲੀ ਛੁੱਟੀ ਦੇ ਦਿੱਤੀ ਸੀ ਉਸ ਦਿਨ ਤੋਂ ਬਾਅਦ ਅਸੀਂ ਕਦੇ ਵੀ ਕੋਈ ਕਪੜਾ ਬਾਹਰੋਂ ਨਹੀਂ ਸੀ ਸੁਆਇਆ ਸਾਰੇ ਪਰਿਵਾਰ ਦੇ ਕੱਪੜੇ ਅਸੀਂ ਉਸੇ ਦੁਕਾਨ ਤੋਂ ਹੀ ਸਿਲਵਾਉਂਦੇ। ਉਹਨਾਂ ਦੇ ਟੇਲਰ ਕੱਪੜਿਆਂ 'ਚ ਜਾਨ ਪਾ ਦਿੰਦੇ। ਜੇ ਕਦੇ ਕੋਈ ਨੁਕਸਰ ਆ ਵੀ ਜਾਂਦਾ ਤਾਂ ਦੁਬਾਰਾ ਠੀਕ ਕਰਨ ਲੱਗਿਆਂ ਉਹ ਕਦੇ ਵੀ ਮੱਥੇ ਵੱਟ ਨਾ ਪਾਉਂਦੇ। ਜਦੋਂ ਕੰਮ ਦਾ ਬਹੁਤਾ ਜ਼ੋਰ ਹੁੰਦਾ ਉਦੋਂ ਜੇ ਕਦੇ 2-4 ਦਿਨ ਇਕਰਾਰ ਤੋਂ ਖੁੰਝ ਵੀ ਜਾਂਦੇ ਤਾਂ ਅਸੀਂ ਵੀ ਬਹੁਤਾ ਉਜਰਨਾ ਕਰਦੇ। ਉਹਨਾਂ ਦੇ ਤਿੰਨੇ ਹੀ ਲੜਕੇ ਦੁਕਾਨ ਤੇ ਬਜ਼ੁਰਗ ਦੇ ਨਾਲ ਹੀ ਕੰਮ ਕਰਦੇ ਸਨ। ਸਾਰੇ ਪਰਿਵਾਰ ਨੂੰ ਇਕੱਠਿਆਂ ਕੰਮ ਕਰਦਾ ਵੇਖ ਕੇ ਮੈਨੂੰ ਚਾਹ ਚੜ ਜਾਂਦਾ। ਮੈਨੂੰ ਖੁਸ਼ ਫਹਿਮੀ ਹੋ ਗਈ ਸੀ ਕਿ ਸਾਰੇ ਟੱਬਰ ਦੇ ਜੀ ਘਰ ਵਿੱਚ ਵੀ ਐਵੇਂ ਹੀ ਇਕੱਠੇ ਰਹਿੰਦੇ ਹੋਣਗੇ। ਇਹਨਾਂ ਦਾ ਇੱਕ ਵੱਡਾ ਤੇ ਖੁਸ਼ਾਲ ਪਰਿਵਾਰ ਹੋਵੇਗਾ। ਬਿਰਧ ਮਾਂ-ਬਾਪ ਨੂੰ ਤੇ ਮੁੰਡੇ ਹੱਥੀਂ ਛਾਵਾ ਕਰਦੇ ਹੋਣਗੇ। ਪਰ ਇੱਕ ਦਿਨ ਬਜ਼ੁਰਗ ਦੇ ਅੰਤਾਂ ਦੇ ਉਦਾਸ ਚਿਹਰੇ ਨੇ ਮੇਰੀ ਸਾਰੀ ਮਨੋਕਲਪਨਾ ਦੇ ਖੰਭ ਝਾੜ ਦਿੱਤੇ। ਅਸੀਂ ਸਿਲਾਈ ਕਰਨ ਵਾਸਤੇ ਕੱਪੜੇ ਫੜਾਉਣ ਗਏ ਸੀ। ਬਜ਼ੁਰਗ ਚੁੱਪ ਚਾਪ ਸਾਡੇ ਕਪੜੇ ਮਿੰਮਿੰਕੇ ਰੱਖੇ ਜਾ ਰਿਆ ਸੀ ਨਾ ਹੂ ਨਾ ਹਾਂ ਕੀ ਗੱਲ ਅੱਜ ਕੁਝ ਕੂੰਦੇ ਹੀ ਨਹੀਂ ਇਹਨਾਂ ਨੇ ਬਜ਼ੁਰਗ ਦੀ ਉਦਾਸੀ ਨੂੰ ਭਾਂਪਦਿਆਂ ਉਹਨੂੰ ਹਸਾਉਣ ਦੇ ਇਰਾਦੇ ਨਾਲ ਪੁੱਛਿਆ ਕਾਕਾ ਸਾਰੀਆਂ ਗੱਲਾਂ ਮੁਕਾ ਦਿੰਦੇ ਨੇ ਕਬੀਲਦਾਰੀ ਦੇ ਝਮੇਲੇ ਉਹਨੇ ਠੰਡਾ ਹੋਕਾ ਪਰਿਆ ਕਿਉਂ ਸੁਖਦਾ ਹੈ ਇਹਨਾਂ ਨੇ ਫਿਕਰਮੰਦ ਹੁੰਦਿਆਂ ਪੁੱਛਿਆ ਸੁਖ ਤਾਂ ਕਾਕਾ ਉਸੇ ਦਿਨ ਹੀ ਖਤਮ ਹੋ ਜਾਂਦੇ ਆ ਜਿਸ ਅਨੁਭਵੇ ਤੇ ਰੀਬਨ ਬੁਲਬਲੇ ਗੁੰਦ ਕੇ ਹਰੇ-ਸ਼ਰੀਂ ਦੇ ਪੱਤੇ ਲਟਕਾ ਦਿੱਤੇ ਜਾਂਦੇ ਐ। ਕਮਲਾ ਮਨੁੱਖੀ ਮਨ ਖੁਸ਼ੀ ਚ ਖੀਵਾ ਹੋਇਆਵੇਂ ਟਪੂਸੀਆਂ ਮਾਰਦਾ ਰਹਿੰਦਾ ਐ ਬਈ। ਪਤਾ ਨਹੀਂ ਕੀ ਹੀਰਿਆਂ ਪੰਨਿਆਂ ਦਾ ਅਨਮੋਲ ਖਜ਼ਾਨਾ ਹੱਥ ਲੱਗ ਗਿਆ ਬਜ਼ੁਰਗ ਸਤਿਆ ਪਿਆਸੀ। ਅੱਜ ਤੱਕ ਕੁਝ ਜ਼ਿਆਦਾ ਹੀ ਪਰੇਸ਼ਾਨ ਲੱਗ ਰਿਓ। ਪਤੀ ਦੇ ਵਿੱਚ ਗਾਂ ਦੀ ਗੱਲ ਸੁਣਨ ਵਾਸਤੇ ਉਤਸੁਕਤਾ ਜਾਗ ਪਈ ਸੀ। ਬਜ਼ੁਰਗ ਨੇ ਪਹਿਲਾਂ ਆਸੇ-ਪਾਸੇ ਧਿਆਨ ਨਾਲ ਦੇਖਿਆ ਬਈ ਕਿਤੇ ਕੋਈ ਆਉਂਦਾ ਜਾਂਦਾ ਤਾਂ ਨਹੀਂ ਨੌਕਰ ਤੇ ਉਹਦੇ ਲੜਕੇ ਦੁਪਹਿਰ ਦਾ ਖਾਣਾ ਖਾਣ ਘਰ ਗਏ ਹੋਏ ਸਨ ਤੇ ਵਿਸ਼ਨ ਸਿੰਘ ਉਰੀ ਦੁਕਾਨ ਦੀ ਰਾਖੀ ਬੈਠੇ ਹੋਏ ਸਨ ਮੌਕਾ ਢਾੜ ਕੇ ਉਹਨਾਂ ਗੱਲ ਸ਼ੁਰੂ ਕੀਤੀ ਕੀ ਦੱਸਾਂ ਕਾਕਾ ਆ ਜਿਹੜੇ ਸਾਡੇ ਮੁੰਡੇ ਨੇ ਨਾ ਇਹ ਆਪਣੀਆਂ ਜਨਾਨੀਆਂ ਦੇ ਹੱਥੀਂ ਜਿਹੜੇ ਹੋਏ ਨੇ ਇੱਕ ਮੁੰਡਾ ਕੁਵਾਰਾ ਹੈ ਅਜੇ ਸਾਨੂੰ ਤਿੰਨਾਂ ਜਣਿਆਂ ਨੂੰ ਇਹਨਾਂ ਨੇ ਅੱਡ ਕੀਤਾ ਹੋਇਆ ਤੇਰੀ ਬੇਬੇ ਦੀ ਅੱਖਾਂ ਦੀ ਜੋਤ ਮੁੱਲੋਂ ਹੀ ਘਟ ਗਈ ਹੈ ਉਹਨਾਂ ਸਟੋਵ ਦੇ ਬਰਨਰ 'ਚ ਪਿੰਨ ਮਾਰਨ ਲੱਗਿਆਂ ਬੜੀ ਦਿੱਕਤ ਆਉਂਦੀ ਐ ਕਿੰਨਾ ਕਿੰਨਾ ਚਿਰ ਖੋਜੜਦੀ ਰਹਿੰਦੀ ਐ ਆਪ ਸਾਰਿਆਂ ਨੇ ਗੈਸ ਚੁੱਲੇ ਰੱਖੇ ਹੋਏ ਨੇ ਐਸ਼ਾਂ ਕਰਦੇ ਨੇ ਮੈਂ ਸੋਚਦਾ ਵੀ ਮੇਰਾ ਕੀ ਥੋੜਿਆ ਪਿਆ ਸੀ ਇਹੋ ਜੀ ਔਲਾਦ ਜੰਮਣ ਕੋਣੋ ਜਦੋਂ ਕਿਸੇ ਦਾ ਕੋਈ ਸੁੱਖ-ਪਹਾੜਾ ਹੀ ਨਹੀਂ ਇੱਕੋ ਹੀ ਧੀ ਸੀ ਉਹੀ ਪਰਦੇਸੀ ਵਿਆਹ ਧਰੀ ਕੋਈ ਵੀ ਨਹੀਂ ਸਾਡਾ ਦੁੱਖ-ਸੁੱਖ ਦੇਖਣ ਵਾਲਾ ਬਜ਼ੁਰਗ ਦਾ ਗੱਟ ਪਾਰ ਆਇਆ ਸੀ ਉਦੀ ਦਰਦ ਭਰੀ ਕਹਾਣੀ ਕਾਲਜਾ ਵਿੰਨ ਗਈ ਸੀ ਅੱਗੋਂ ਦੋਹਾਂ ਮਰਦਾਂ ਨੇ ਕੀ ਗੱਲਾਂ ਕੀਤੀਆਂ ਮੇਰਾ ਤਾਂ ਧਿਆਨ ਹੀ ਨਹੀਂ ਸੀ ਰਿਆ ਪਿੱਛਲ ਖੁਰੀ ਮੁਰਦੀਆਂ ਮੇਰੀਆਂ ਸੋਚਾਂ ਉੱਥੇ ਜਾ ਖੜੀਆਂ ਸਨ ਜਦੋਂ ਮੈਂ 11 ਕੋ ਸਾਲਾਂ ਦੀ ਬਾਲੜੀ ਸਾਂ ਪਿਤਾ ਜੀ ਦੇ ਨਾਲ ਮੈਂ ਆਪਣੇ ਪਿੰਡ ਛੋਟੇ ਤਾਇਆ ਜੀ ਦੀ ਧੀ ਦੇ ਵਿਆਹ ਤੇ ਗਈ ਸਾਂ ਕੁੜੀ ਦੀ ਡੋਲੀ ਤੋੜ ਕੇ ਘਰ 'ਚ ਉਦਾਸੀ ਛਾ ਗਈ ਸੀ ਤੇ ਮੈਂ ਵਿਆਹ ਵਾਲੇ ਘਰੋਂ ਉੱਠ ਕੇ ਵੱਡੇ ਤਾਇਆ ਜੀ ਦੇ ਘਰ ਜਾ ਬੈਠੀ ਸੀ ਵੱਡੇ ਤਾਇਆ ਜੀ ਦੇ ਦੋਵੇਂ ਮੁੰਡੇ ਵਿਆਹੀ ਹੋਏ ਸਨ ਤਾਈ ਤਾਈ ਦੀ ਰੋਟੀ ਉਹਨਾਂ ਨੇ ਵੱਖ ਕੀਤੀ ਹੋਈ ਸੀ ਤਾਈ ਜੀ ਦੀ ਨਿਗਾ ਮੁੱਲੋਂ ਹੀ ਘੱਟ ਸੀ ਬਸ ਤੱਕ ਨਾ ਬਸ ਤੱਕ ਨਾਲ ਹੀ ਮਾੜਾ ਮੋਟਾ ਕੰਮ ਕਰਦੀ ਸੀ ਤਿੱਖੜ ਦੁਪਹਿਰੇ ਚੁੱਲ੍ਹੇ ਤੇ ਰੋਟੀਆਂ ਲਾਉਂਦੀ ਤਾਈ ਤੋਂ ਅੱਧੀ ਰੋਟੀ ਤਵੇ ਤੇ ਤੇ ਅੱਧੀ ਰੋਟੀ ਤਵੇ ਤੋਂ ਲਮਕ ਗਈ ਸੀ ਬਾਲ ਉਮਰੇ ਇੰਨੀ ਸੋਜੀ ਕਿੱਥੇ ਸੀ ਕਿ ਤਾਈ ਨੂੰ ਉਠਾ ਕੇ ਉਹਨਾਂ ਦੇ ਚਾਰ ਫੁਲਕੇ ਮੈਂ ਲਾ ਦੇਵਾਂ ਸਗੋਂ ਓਹ ਰੋਟੀ ਰੋਟੀ ਲੈਂਦੀ ਵੇਖ ਕੇ ਮੈਂ ਤਾਂ ਹੱਸ-ਹੱਸ ਦੂਰੀ ਹੋ ਰਹੀ ਸੀ ਪਤਾ ਨਹੀਂ ਮੈਨੂੰ ਕਿੱਥੋਂ ਸ਼ਰਾਰਤ ਸੁਜੀ ਮੈਂ ਕਿਹਾ ਤਾਈ ਜੀ ਅੱਧੀ ਰੋਟੀ ਤਾਂ ਵਿਚਾਰੀ ਚੁੱਪ ਕਰਕੇ ਤਵੇ ਤੇ ਬੈਠੀ ਆ ਤੇ ਅੱਧੀ ਸਾਡੀਆਂ ਜਗਰਾਵਾਂ ਵੱਲ ਤੁਰ ਹੀ ਜਾਂਦੀ ਹੈ ਵਿਚਾਰੀ ਤਾਈ ਬਿਨਾ ਕੁਝ ਬੋਲੇ ਪੰਜ ਛੇ ਕਚੀਆਂ ਪਿੱਲੀਆਂ ਰੋਟੀਆਂ ਲਾ ਕੇ ਉੱਠ ਗਈ ਆ ਚਲਿਏ ਪਤੀ ਦੀ ਆਵਾਜ਼ ਤੇ ਮੈਂ ਉਤਰਬ ਕੀ ਜਿਵੇਂ ਕਿਸੇ ਨੇ ਮੈਨੂੰ ਗੂੜੀ ਨੀਂਦ ਚੋਂ ਜਗਾ ਦਿੱਤਾ ਹੋਵੇ 체구 미냐 ਬਾਅਦ ਅਸੀਂ ਫੇਰ ਦੁਕਾਨ ਤੇ ਗਏ ਕੁਝ ਕੱਪੜੇ ਸੀਣੇ ਦੇਣੇ ਸਨ ਛੋਟਾ ਮੁੰਡਾ ਇਕੱਲਾ ਬੈਠਾ ਕੰਮ ਕਰ ਰਿਹਾ ਸੀ ਦੁਕਾਨ ਦਾ ਤਾਂ ਹੁਲੀਆ ਹੀ ਬਦਲਿਆ ਪਿਆ ਸੀ ਬਾਕੀ ਕਿੱਥੇ ਚਲੇ ਗਏ ਇਹਨਾਂ ਨੇ ਜਾਂਦੇ ਹੀ ਹਰਦੇਵ ਤੋਂ ਪੁੱਛਿਆ ਭਾਜੀ ਸਾਰੇ ਵਾਕ ਹੋ ਗਏ ਨੇ ਉਹਨਾਂ ਆਪੋ ਆਪਣੀਆਂ ਦੁਕਾਨਾਂ ਕਿਰਾਏ ਤੇ ਲੈ ਲਈਆਂ ਹਨ ਇਹ ਦੁਕਾਨ ਸਾਡੀ ਜੱਦੀ ਪੁਛਤੀ ਹੈ ਤੇ ਪਾਪਾ ਜੀ ਮੈਨੂੰ ਸੰਭਾਲ ਗਏ ਨੇ ਤੇ ਬਾਈ ਜੀ ਮੈਂ ਵੀ ਪੁੱਛ ਲਿਆ ਉਹ ਭੈਣ ਨੇ ਕੈਨੇਡਾ ਸੱਦ ਲਏ ਨੇ ਤੇ ਬੇਬੇ ਜੀ ਮੈਨੂੰ ਦੁਬਾਰਾ ਪ੍ਰਸ਼ਨ ਕੀਤਾ ਬੇਬੇ ਤੇ ਮੈਂ ਰਲ ਮਿਲ ਕੇ ਆਪਦੀਆਂ ਪਕਾਈ ਜਾਂਦੇ ਆ ਖਾਈ ਜਾਂਦੇ ਆ ਉਹਨੇ ਸੰਖੇਪ ਜਿਹਾ ਉੱਤਰ ਦਿੱਤਾ ਫਿਰ ਸਾਡੀ ਦੋਹਾਂ ਜੀਆਂ ਦੀ ਬਦਲੀ ਹੋ ਗਈ ਤੇ ਅਸੀਂ ਪੱਕੇ ਤੌਰ ਤੇ ਲੁਧਿਆਣੇ ਰਹਿਣ ਲੱਗ ਪਏ ਬੱਚੇ ਮੇਚਾ ਦੇ ਕੇ ਸਲਾਈ ਹੋਏ ਕੱਪੜੇ ਪਸੰਦ ਨਹੀਂ ਕਰਦੇ ਸਨ ਉਹ ਆਪਣੀ ਪਸੰਦ ਦੇ ਰੈਡੀमेड ਕੱਪੜੇ ਕਿਸੇ ਮਾਲ ਤੋਂ ਮਾਲ ਤੋਂ ਲੈ ਆਉਂਦੇ ਅਸੀਂ ਦੋਵੇਂ ਮੀਆਂ ਬੀਵੀ ਵੀ ਆਪਣੇ ਲੀੜੇ ਲੱਤੇ ਲੁਧਿਆਣੇ ਤੋਂ ਹੀ ਸਿਲਵਾ ਲੈਂਦੇ ਦੁਕਾਨ ਤੇ ਗਿਆਨ ਤਾਂ ਹੁਣ ਮੁੱਦ ਤਾਂ ਬੀਤ ਗਈਆਂ ਸਨ ਪਰ ਉਸ ਬਿਰਧ ਤੋਂ ਸੁਣੀ ਦਰਦ ਕਹਾਣੀ ਅਜੇ ਵੀ ਮੇਰੇ ਜ਼ਿਹਨ ਚ ਫਸੀ ਪਈ ਸੀ ਇੱਕ ਦਿਨ ਬੁਹੇ ਤੇ ਬੱਲ ਹੋਈ ਮੈਂ ਦਰਵਾਜ਼ਾ ਖੋਲ ਕੇ ਵੇਖਿਆ ਬਾਹਰ ਚਿੱਟੇ ਸਫੈਦ ਬਸਤਰਾਂ ਵਾਲਾ ਇੱਕ ਬਜ਼ੁਰਗ ਤੇ ਇੱਕ 35 ਸਾਲਾਂ ਦਾ ਨੌਜਵਾਨ ਅੰਦਰ ਲੰਘ ਆਏ ਮੈਂ ਦੋਹਾਂ ਨੂੰ ਨਹੀਂ ਸੀ ਪਛਾਣਿਆ ਦੀਦੀ ਪਾਪਾ ਜੀ ਤੁਹਾਨੂੰ ਮਿਲਣ ਆਏ ਨੇ ਨੌਜਵਾਨ ਤੜ ਗਿਆ ਸੀ ਕਿ ਮੈਂ ਉਹਨਾਂ ਨੂੰ ਉਪਰਿਆਂ ਵਾਂਗ ਅੰਦਰ ਲੰਘਾਇਆ ਓ ਬਾਈ ਜੀ ਮੈਂ ਖੁਸ਼ੀ ਨਾਲ ਚੀਕ ਜੀ ਮਾਰੀ ਮੈਂ ਵੀ ਕਹਾ ਕੁੜੀ ਚੁੱਪ ਜੀ ਕਰਕੇ ਅੰਦਰ ਕਾ ਤੋਂ ਬੜ ਗਈ ਹੋਰ ਭਾਈ ਬੀਬਾ ਰਾਜ਼ੀ ਖੁਸ਼ੀ ਆ ਸਾਰਾ ਪਰਿਵਾਰ ਉਹਨਾਂ ਫਲਾਂ ਵਾਲਾ ਲਫਾਫਾ ਮੇਰੇ ਹੱਥ 'ਚ ਫੜਾਉਣੇ ਆ ਪੁੱਛਿਆ ਹਾਂਜੀ ਬਾਈ ਜੀ ਸਭ ਰਾਜ਼ੀ ਖੁਸ਼ੀ ਨੇ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਮੈਂ ਤਾਂ ਭਾਈ ਬੀਬਾ ਕੁਲਵਿੰਦਰ ਕੋਲ ਕੈਨੇਡਾ ਚਲਾ ਗਿਆ ਸੀ ਅਜੇ 5 ਕਿ ਦਿਨ ਹੋਏ ਨੇ ਆਏ ਨੂੰ ਮੈਂ ਹਰਦੇਵ ਨੂੰ ਕਿਹਾ ਮੈਨੂੰ ਕੁੜੀ ਨੂੰ ਮਲਾ ਕੇ ਲਿਆ ਬੜਾ ਜਿੱਤ ਕਰਦਾ ਸੀ ਤੁਹਾਨੂੰ ਮਿਲਣ ਨੂੰ ਇਨਾ ਮੋ ਪਿਆਰ ਦੇ ਕੇ ਆਪ ਮੁਹਾਰੇ ਮੇਰੇ ਹੱਥ ਜੁੜ ਗਏ ਤੇ ਮੈਂ ਝੁੱਕ ਕੇ ਸ਼ੁਕਰੀਆ ਅਦਾ ਕੀਤਾ ਹੋਰ ਬਾਈ ਜੀ ਬੇਬੇ ਜੀ ਤਕੜੇ ਨੇ ਉਹਨਾਂ ਨੂੰ ਤਾਂ ਭਾਈ 4 ਸਾਲ ਹੋ ਗਏ ਰੱਬ ਘਰ ਗਈ ਨੂੰ ਉਦੋਂ ਵੀ ਮੈਂ ਕੈਨੇਡਾ ਗਿਆ ਹੋਇਆ ਸੀ ਇੱਕ ਦਿਨ ਮੈਂ ਕੁੜੀ ਨੂੰ ਕਿਹਾ ਪੁੱਤ ਕੁਲਵਿੰਦਰੇ ਮੈਨੂੰ ਤਾਂ ਰਾਤ ਸੁਪਨੇ 'ਚ ਜਾਣੀ ਦੀ ਤੇਰੀ ਬੇਬੇ ਜੀ ਢਿੱਲੀ ਜੀ ਦਿਸੀ ਆ ਮੈਂ ਤਾਂ ਭਾਈ ਚਲੇ ਜਾਣਾ ਛੇਤੀ ਇੰਡੀਆ ਨੂੰ ਤੇ ਕੁੜੀ ਕਹਿੰਦੀ ਚੰਗਾ ਪਾਪਾ ਜੀ ਤੁਹਾਡੀ ਮਰਜ਼ੀ ਆ ਹੂੰ ਜੇ ਬੇਬੇ ਜੀ ਢਿੱਲੀ ਮੱਠੀ ਹੁੰਦੀ ਤਾਂ ਉੱਥੋਂ ਕੋਈ ਚਿੱਠੀ ਚੀਰਾ ਨਾ ਆਉਂਦਾ ਮੈਂ ਕਿਹਾ ਨਹੀਂ ਪੁੱਤ ਤੂੰ ਮੈਨੂੰ ਜਾਣਦੇ ਵੱਡੀ ਉਮਰੇ ਸਾਸਾਂ ਗਰਾਸਾਂ ਦਾ ਕੀ ਵਸਾਹ ਹੁੰਦਾ ਲੈ ਭਾਈ ਉਹੀ ਗੱਲ ਹੋਈ ਮੇਰੇ ਆਉਂਦੇ ਨੂੰ ਸੱਚੀ ਉਹ ਬਿਮਾਰ ਸੀ ਤੇ 15 ਦਿਨਾਂ ਦੇ ਵਿੱਚ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਅੱਛਾ ਲੈ ਸਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਅਫਸੋਸ ਪ੍ਰਗਟ ਕੀਤਾ ਤੁਸੀਂ ਦੁਕਾਨ ਤੇ ਜਾਓ ਤਾਂ ਪਤਾ ਲੱਗੇ ਉਕਨ ਨੇ ਚਿਹਰ ਉਦਾਸ ਸੀ ਬੈਠੇ ਰਹੇ ਜਿਵੇਂ ਵਿਛੜ ਚੁੱਕੀ ਪਤਨੀ ਦੀ ਯਾਦ ਉਹਨਾਂ ਦੇ ਜ਼ਿਹਨ ਚ ਖੌਰੂ ਪਾ ਰਹੀ ਹੋਵੇ ਇਸ ਮੁੰਡੇ ਦਾ ਵਿਆਹ ਕਰਤਾ ਕਿ ਨਹੀਂ ਉਦਾਸ ਮਾਹੌਲ ਦੇ ਖੋਲ ਵਿੱਚੋਂ ਨਿਕਲਣ ਲਈ ਮੈਂ ਗੱਲ ਬਦਲੀ ਇਹਦਾ ਵਿਆਹ ਤਾਂ ਭਾਈ ਤੇਰੇ ਬੇਬੇ ਦੀ ਬਿਮਾਰੀ ਮੌਕੇ ਹੀ ਅਠਾ ਦਿਨਾਂ ਦੇ ਅੰਦਰ ਅੰਦਰ ਕਰਤਾ ਸੀ ਮੈਨੂੰ ਪਤਾ ਲੱਗਿਆ ਸੀ ਵੀ ਹੁਣ ਇਹਦੀ ਮਾਂ ਨੇ ਬਚਣਾ ਨਹੀਂ ਬਸ ਅਸੀਂ ਝਟਪਟੀ ਚੁੰਨੀ ਚੜਾ ਕੇ ਕੁੜੇ ਕੁੜੀ ਘਰੇ ਲੈ ਆਏ ਨਹੀਂ ਤਾਂ ਸਾਡੇ ਦੋਹਾਂ ਪਿਓ ਪੁੱਤਾਂ ਦੀ ਰੋਟੀ ਦਾ ਔਖਾ ਹੋ ਜਾਣਾ ਸੀ ਹੁਣ ਵੀ ਕੁੜੀ ਤਾਂ ਆਉਣ ਨਹੀਂ ਸੀ ਦਿੰਦੀ ਪਰ ਬੱਚੀ ਇਹ ਮੈਂ ਬਹੁਤਾ ਚਿਰਤੀ ਦੇ ਬਾਰ ਬੈਠਾ ਸਜਦਾ ਨਹੀਂ ਸੀ ਨਾਲ ਇਹਨਾਂ ਨਲਾਇਕਾਂ ਦੀ ਸ਼ਰੀਕੇ ਕਬੀਲੇ 'ਚ ਬੇਇੱਜ਼ਤੀ ਹੋਣੀ ਸੀ ਬਈ ਪਿਓ ਨੂੰ ਸਾਹਮਦੇ ਨਹੀਂ ਹੋਣੇ ਤਾਂ ਹੀ ਉਹ ਧੀ ਦੇ ਬੂਹੇ ਜਾ ਕੇ ਬਹਿ ਗਿਆ ਸਿਆਣੇ ਬੰਦੇ ਨੂੰ ਸੋ ਕੁਝ ਸੋਚਣਾ ਪੈਂਦਾ ਓ ਮੇਰੀ ਧੀ ਵਰਗੀ ਇੱਕ ਇੱਕ ਬੇਟੀ ਤਾਂ ਰੱਬ ਸਭ ਨੂੰ ਦੇਵੇ ਉਹਦਾ ਕਰਜ਼ ਤਾ ਪੁੱਤ ਮੈਂ ਸੱਤ ਜਨਮ ਲੈ ਕੇ ਵੀ ਨਹੀਂ ਉਤਾਰ ਸਕਦਾ ਬੜੀ ਨੇਕ ਬੇਟੀ ਐ ਮੇਰੀ ਰੱਬ ਉਹਨੂੰ ਘਰ ਦੇ ਭਾਗ ਲਾਵੇ ਮੈਂ ਬਜ਼ੁਰਗ ਦੀਆਂ ਗੱਲਾਂ ਮੈਂ ਬਜ਼ੁਰਗ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸਾਂ ਚਾਹ ਪਾਣੀ ਪੀ ਕੇ ਉਹ ਤਾਂ ਚਲੇ ਗਏ ਪਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਬਜ਼ੁਰਗ ਦਾ ਕੀਤਾ ਦੁੱਖ ਸੁੱਖ ਮੇਰੇ ਕੰਨਾਂ 'ਚ ਗੂੰਜੀ ਜਾ ਰਿਹਾ ਸੀ ਮੈਂ ਸੋਚੀ ਜਾ ਰਹੀ ਸਾਂ ਕਿੰਨਾ ਪਿਆਰ ਤੇ ਸਤਕਾਰ ਹੈ ਇਸ ਬਜ਼ੁਰਗ ਦੇ ਦਿਲ 'ਚ ਆਪਣੀ ਧੀ ਵਾਸਤੇ ਮਨ ਧੀਆਂ ਤਾਂ ਮਾਪਿਆਂ ਦੀਆਂ ਧਿਰਾਂ ਹੁੰਦੀਆਂ ਹਨ ਅਖੀਰ ਤੱਕ ਦੁੱਖ ਸੁੱਖ ਵਿੱਚ ਨਾਲ ਨਿਭਦੀਆਂ ਹਨ ਮਾਪਿਆਂ ਦੇ ਕੰਡਾ ਲੱਗਿਆ ਵੀ ਸੁਣ ਲੈਣ ਨੰਗੇ ਪੈਰੀਂ ਭੱਜੀਆਂ ਆਉਂਦੀਆਂ ਨੇ ਤੇ ਪੁੱਤ ਵਿਆਹ ਕਰਵਾ ਕੇ ਸ਼ਰੀਕ ਬਣ ਜਾਂਦੇ ਨੇ ਫਿਰ ਉਹ ਲੋਕ ਕਿਹੋ ਜੀ ਜ਼ਹਿਨੀਅਤ ਦੇ ਮਾਲਕ ਹੁੰਦੇ ਹਨ ਜਿਹੜੇ ਸਕੈਨਿੰਗ ਕਰਵਾ ਕੇ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਚ ਕਤਲ ਕਰਵਾ ਦਿੰਦੇ ਨੇ ਤਿਆਂ ਨੂੰ ਵੀ ਸੰਸਾਰ ਚਾਉਣ ਦਾ ਹੱਕ ਹੈ। ਉਹਨਾਂ ਨੂੰ ਵੀ ਇਹ ਜਿਉਂਦਾ ਜਗਦਾ ਸੰਸਾਰ ਦੇਖਣ ਦਾ ਚਾਹ ਹੁੰਦਾ ਹੈ। ਡੋਲੀ 'ਚ ਬੈਠ ਕੇ ਚਾਹੀ ਚਾਹੀ ਸਹਰੇ ਘਰ ਜਾਣਾ ਉਹਨਾਂ ਦੇ ਦਿਲ ਦੀ ਰੀਜ ਹੁੰਦੀ ਹੈ। ਪਰ ਜ਼ਾਲਮ ਲੋਕ ਉਹਨਾਂ ਨੂੰ ਕੁੱਖ ਵਿੱਚ ਖਤਮ ਕਰਵਾ ਕੇ ਉਹਨਾਂ ਵਿਚਾਰੀਆਂ ਤੋਂ ਤਾਂ ਅਰਥੀ ਤੇ ਪੈਣ ਦਾ ਹੱਕ ਵੀ ਖੋਹ ਲੈਂਦੇ ਐ। ਆਖਰ ਕਿਉਂ? ਸਾਰਿਆਂ ਦੀ ਸੋਚ ਉਸ ਬਜ਼ੁਰਗ ਵਰਗੀ ਕਿਉਂ ਨਹੀਂ ਹੋ ਸਕਦੀ? ਧੰਨਵਾਦ।